ਸਸਕਲ ਦੋਸਤੋ ਤੁਹਾਡਾ ਵੀ ਛੋਟਾ ਵੀਰ ਜੋਬਰਨ ਦਾ ਵਾ ਤੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਚਲੋ ਪੰਜਾਬ ਮੁਹਿੰਮ ਦਾ ਇੱਕ ਆਫਟਰ ਇਫੈਕਟ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਜੀ ਹੁਣੀ ਬੁਖਲਾ ਗਏ ਨੇ ਉਹ ਡਰ ਚੁੱਕੇ ਨੇ ਉਹਨਾਂ ਨੂੰ ਐ ਲੱਗ ਰਿਹਾ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ 100 ਤੋਂ ਵੱਧ ਸੀਟਾਂ ਤੇ ਸਰਕਾਰ ਬਣਾਉਣ ਜਾ ਰਹੀ ਆ ਤੇ ਇਸੇ ਹੀ ਗੱਲ ਕਰਕੇ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕਰ ਦਿੱਤੀ ਹੈਗੀ ਆ ਕਿ ਜਿਹੜਾ ਇਹਨਾਂ ਦਾ 27,000 NRI ਵਿਦੇਸ਼ਾਂ ਦੇ ਵਿੱਚੋਂ ਆ ਕੇ ਪਾਰਟੀ ਲਈ ਕੈਂਪੇਨ ਕਰ ਰਿਹਾ ਚਲੋ ਪੰਜਾਬ ਮੁਹਿੰਮ ਦੇ ਤਹਿਤ ਉਹਨੂੰ ਬਾਹਰ ਕੱਢਿਆ ਜਾਵੇ ਪਰ ਮੈਂ ਕੈਪਟਨ ਸਾਹਿਬ ਨੂੰ NRI ਹੋਣ ਦੇ ਨਾਤੇ ਇਹ ਦੱਸਣਾ ਚਾਹੁੰਦਾ ਕਿ ਕੈਪਟਨ ਸਾਹਿਬ ਇਹ ਸਾਡਾ ਘਰ ਆ ਪੰਜਾਬ ਸਾਡਾ ਘਰ ਆ ਤੇ ਆਮ ਆਦਮੀ ਪਾਰਟੀ ਦਾ ਕੋਈ ਇਲੈਕਸ਼ਨ ਕੈਂਪੇਨ ਨਹੀਂ ਹੋ ਰਿਹਾ ਇਹ ਸਾਡੇ ਲਈ ਇਨਕਲਾਬ ਦੀ ਲੜਾਈ ਆ ਤੇ ਜਦੋਂ ਵੀ ਕਿਤੇ ਪੰਜਾਬੀਆਂ ਦੀ ਅਣਖ ਤੇ ਆਈ ਆ ਤੇ ਇਨਕਲਾਬ ਅਸੀਂ ਲੈ ਕੇ ਆਂਦਾ ਵਾ ਤੇ ਤੁਸੀਂ 27,000 ਦੀ ਗੱਲ ਕਰ ਰਹੇ ਹੋ ਹੁਣ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ NRI ਪੰਜਾਬ ਦੇ ਵਿੱਚ ਆਉਣਗੇ ਆਮ ਆਦਮੀ ਪਾਰਟੀ ਸਪੋਰਟ ਕਰਨਗੇ ਤੇ 100 ਤੋਂ ਵੱਧ ਸੀਟਾਂ ਤੇ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਇਨਕਲਾਬ ਲਿਆਉਣਗੇ ਆਮ ਆਦਮੀ ਪਾਰਟੀ ਸਰਕਾਰ ਲਿਆਉਣਗੇ ਸੋ ਕੈਪਟਨ ਸਾਹਿਬ ਤੁਸੀਂ ਹਾਰ ਰਹੇ ਹੋ ਕਾਂਗਰਸ ਹਾਰ ਰਹੀ ਆ ਤੁਸੀਂ ਟ੍ਰਾਈਡ ਐਂਡ ਟੈਸਟਡ ਹੋ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਹੁਣ ਤੁਸੀਂ ਨਹੀਂ ਰੋਕ ਸਕਦੇ ਤੁਸੀਂ ਜਿੰਨਾ ਮਰਜ਼ੀ ਸਾਨੂੰ ਭਜਾਉਣ ਦੀ ਕੋਸ਼ਿਸ਼ ਕਰੋ ਸਾਡਾ ਘਰ ਆ ਅਸੀਂ ਕਿਤੇ ਨਹੀਂ ਜਾਣਾ ਹੁਣ ਤੁਸੀਂ U24 ਨੂੰ ਸਬਸਕ੍ਰਾਈਬ ਕਰ ਸਕਦੇ ਹੋ YouTube Facebook Twitter ਅਤੇ WhatsApp ਤੇ U24 ਤੁਹਾਡਾ ਆਪਣਾ www.u24.live